ਮੈਂ ਤਾਂ ਬਾਪੂ ਜੀ ਕਿਸੇ ਚੀਜ਼ 'ਚ ਫਰਕ ਨਹੀਂ ਕਰਦੀ, ਸਗੋਂ ਮੇਰੀ ਮਾਂ ਤਾਂ ਹੈ ਨਹੀਂ, ਮੈਂ ਤਾਂ ਇਹਨਾਂ 'ਚ ਹੀ ਆਪਣੀ ਮਾਂ ਦੇਖਦੀ ਹਾਂ। ਇੱਕ ਉਹ ਹਰਮਨ ਆ, ਮੈਂ ਉਹਨੂੰ ਆਪਦੀਆਂ ਭੈਣਾਂ ਤਰ੍ਹਾਂ ਰੱਖਦੀ ਹਾਂ। ਵੀਰੇ 5000 ਹੀ ਫੀਸ ਹੈ, ਚਾਹੇ ਮੇਰੇ ਨਾਲ ਚੱਲ ਕੇ ਨਾ ਉੱਥੇ ਜਾ ਕੇ ਰਿਸਿਪਟ ਦੇਖ ਲਿਓ ਫੀਸ ਦੀ। ਮੈਥੋਂ ਤਾਂ ਹਰਮਨ 10000 ਲੈ ਕੇ ਗਈ ਹੈ, ਜਿਹਦੇ ਪਿੱਛੇ ਸਿਆਪਾ ਪਾ ਰੱਖਿਆ ਸਾਰਾ, ਆ ਘਰੇ ਕਲੇਸ਼ ਕਰਾਤਾ, ਫਿਰ ਤੇਰੇ ਵਾਸਤੇ 5000 ਰੁਪਏ ਲੈ ਕੇ ਗਈ ਹੈ, 5000 ਰੁਪਏ ਲੈ ਕੇ ਨਿਆਣਾ ਦੀ ਤੁਕੁਰ ਦਾ ਪਾਉਣ ਵਾਸਤੇ। ਉਹ ਮੈਨੂੰ ਤਾਂ ਐਂ ਨਹੀਂ ਸਮਝ ਆਉਂਦੀ ਵੀ ਉਹਨੇ ਝੂਠਾ ਤੋਂ ਬੋਲਿਆ ਪੈਸਿਆਂ ਵਾਲਾ, ਉਂਗੜਾ ਉਹਨੂੰ ਮੈਂ ਪੈਸੇ ਨਹੀਂ ਦਿੰਦਾ ਹੈਗਾ। ਹਜੇ ਤਾਂ ਫੀਸ ਹੀ ਡਬਲ ਹੋਈ ਆ, ਮੈਂ ਤਾਂ ਤੁਹਾਨੂੰ ਫੋਨ ਦੀ ਗੱਲ ਕੀਤੀ ਸੀ, ਤੁਸੀਂ ਉਹਦੇ ਤੇ ਵੀ ਖਿੱਚਦੇ ਸੀ ਮੇਰੇ ਤੇ। ਕਮੇ ਸਰ, ਕਮੇ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬੈਠ ਜਾਓ ਜੀ। ਸਰ ਇੱਕ ਆਪਣੇ ਇੱਥੇ ਸਿਸਟਰ ਪੜ੍ਹਦੇ ਨੇ ਜੀ, ਠੀਕ ਹੈ, ਹਰਮਨ ਜੀ ਨੇ ਜੀ, ਉਹ ਫੀਸ ਬਾਰੇ ਪਤਾ ਕਰਨ ਆਏ ਸੀ ਵੀ ਸਮੈਸਟਰ ਦੀ ਕਿੰਨੀ ਫੀਸ ਲੈ ਰਹੇ ਹੋ ਤੁਸੀਂ। 5000 ਰੁਪਇਆ ਫੀਸ ਹੈ ਜੀ। ਸਰ ਇੱਥੇ ਕੋਈ ਪ੍ਰੋਗਰਾਮ ਵੀ ਹੋਇਆ ਸੀ ਪਿੱਛੇ, ਕੋਈ ਫੈਸਟੀਵਲ ਜੀ ਕੋਈ? ਹਾਂਜੀ ਸਰ, ਪ੍ਰੋਗਰਾਮ ਹੁੰਦੀ ਰਹਿੰਦੇ ਨੇ ਅਕਸਰ। ਇਸ ਮੰਥ ਕੋਈ ਫੈਸਟੀਵਲ ਹੋਇਆ ਜੀ ਕੋਈ? ਫੈਸਟੀਵਲ ਤਾਂ ਹੁੰਦੀ ਰਹਿੰਦੇ ਨੇ ਅਕਸਰ। ਅਤੇ ਉਹਨਾਂ ਦੀ ਕੋਈ ਫੀਸ ਵਗੈਰਾ ਜੀ? ਨਹੀਂ ਫੀਸ ਤਾਂ ਨਹੀਂ, ਆਪਾਂ ਲੈਂਦੇ ਤਾਂ ਫਰੀ ਆਫ ਕੋਸਟ ਹੁੰਦੇ ਨੇ, ਆਪਾਂ ਔਰਗੇਨਾਈਜ਼ ਕਰਦੇ ਉਹਨਾਂ ਨੂੰ। ਅੱਛਾ ਜੀ। ਹਾਂਜੀ ਫੰਕਸ਼ਨ ਤਾਂ ਹੁੰਦੇ ਰਹਿੰਦੇ ਨੇ, ਕੋਈ ਫੀਸ ਨਹੀਂ ਹੈਗੀ, ਅਸੀਂ ਉਹਨੂੰ ਫੀਸ ਲੈਂਦੇ ਨੇ ਗੇ, ਪਰ ਗੱਲ ਕੀ ਹੋ ਗਈ? ਅਤੇ ਕੋਈ ਪੇਪਰਾਂ ਦੀ ਫੀਸ ਹੁੰਦੀ ਹੈ ਜੀ ਐਕਸਟਰਾ? ਨਹੀਂ ਨਹੀਂ, ਪੇਪਰਾਂ ਦੀ ਕੋਈ ਫੀਸ ਨਹੀਂ ਹੈਗੀ, ਜਦੋਂ ਆਪਾਂ ਪੇਪਰ ਫਾਈਨਲ ਭਰਦੇ ਹਾਂ ਉਦੋਂ ਪੇਪਰਾਂ ਦੀ ਫੀਸ ਲੈਂਦੇ ਹਾਂ ਆਪਾਂ। ਅੱਛਾ ਨਹੀਂ, ਕੋਰਸ ਦਾ ਮਤਲਬ ਕਿ 5000 ਹੀ ਚੱਲਦਾ ਜੀ? ਕੋਰਸ ਦਾ ਸਿਰਫ 5000 ਰੁਪਇਆ ਜੀ। ਨਹੀਂ ਗੱਲ ਤਾਂ ਕੁਛ ਨਹੀਂ ਜੀ, ਬਸ ਮੈਂ ਤਾਂ ਉਹੀ ਪਤਾ ਕਰਨਾ ਆਇਆ ਸੀਗਾ, ਕਿਉਂਕਿ ਇਹ ਨਾ ਜੀ ਚਲੋ ਵੀ ਪੈਸੇ ਦਾ ਅਰੇਂਜਮੈਂਟ ਕਰਨਾ ਹੁੰਦਾ, ਹੋਰ ਕੋਈ ਗੱਲ ਨਹੀਂ ਜੀ। ਠੀਕ ਹੈ ਜੀ। ਕਈ ਵਾਰ ਵੱਧ ਘੱਟ ਫੀਸ ਦਾ ਹੋ ਜਾਂਦਾ ਜੀ। ਹਾਂਜੀ ਜ਼ਰੂਰੀ ਹੈ ਜੀ ਉਹ। ਅਤੇ ਬਾਕੀ ਆਪਣੀ ਹਰਮਨ ਵਧੀਆ ਪੜ੍ਹੀ ਜਾਂਦੀ ਹੈ ਜੀ? ਹਾਂਜੀ ਪੜ੍ਹਨ 'ਚ ਤਾਂ ਠੀਕ ਹੈ, ਪਰ ਛੁੱਟੀਆਂ ਜ਼ਿਆਦਾ ਮਾਰਦੀ ਹੈ, ਕੰਮ ਬਾਹਲਾ ਕਰਾਉਂਦੇ ਮਿਲਦਾ ਤੁਸੀਂ ਕੁੜੀ ਤੋਂ? ਨਹੀਂ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਜੀ, ਕਦੇ ਕਦਾਈ ਮਾੜਾ ਮੋਟਾ ਕੰਮ ਹੋ ਜਾਂਦਾ ਤਾਂ ਕਰਕੇ ਘਰ ਰਹਿ ਜਾਂਦੇ ਨੇ ਜੀ, ਹੋਰ ਤਾਂ ਕੋਈ ਚੱਕਰ ਨਹੀਂ। ਕੋਈ ਗੱਲ ਨਹੀਂ, ਧਿਆਨ ਰੱਖਾਂਗੇ ਜੀ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ, ਠੀਕ ਹੈ, ਸਤਿ ਸ਼੍ਰੀ ਅਕਾਲ। ਪੈਸਿਆਂ ਵਾਲੀ ਗੱਲ ਤਾਂ ਸਮਝ ਆਉਂਦੀ ਹੈ ਵੀ ਅੱਜ ਕੱਲ੍ਹ ਦੇ ਜਵਾਕ ਖਰਚ ਲਾਉਂਦੇ ਨੇ, ਕੱਪੜੇ ਲੀੜੇ ਲੈ ਲੈਂਦੇ ਨੇ, ਖਾ ਪੀ ਲੈਂਦੇ ਨੇ, ਪਰ ਇੱਕ ਗੱਲ ਨਹੀਂ ਸਮਝ ਆਈ, ਹਰਮਨ ਤਾਂ ਕਦੇ ਛੁੱਟੀ ਨਹੀਂ ਮਾਰਦੀ, ਜੇ ਸੈਂਟਰ ਨਹੀਂ ਆਉਂਦੀ ਫਿਰ ਜਾਂਦੀ ਕਿੱਥੇ ਆ? ਗੀਤਾ ਨੇ ਕਿਹਾ ਸੀ ਵੀ ਕੋਈ ਨਾ ਕੋਈ ਗੜਬੜ ਹੈ, ਚੱਲ ਕੋਈ ਨਾ ਘਰ ਜਾ ਕੇ ਪਤਾ ਕਰਦਾ। ਜੇ ਹੁਣੇ ਤੋਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰਾਂਗੇ ਫਿਰ ਇਹ ਵਿਆਹ ਹੋਊਗਾ ਆਪਣਾ, ਸਮਝੇ ਕਿਸੇ ਗੱਲ ਦੀ? ਵਿਆਹ ਦੀਆਂ ਤਿਆਰੀਆਂ ਕਰ ਰਹੇ ਹੋ ਤੁਸੀਂ, ਫਿਰ ਨਿਕਲ ਪਾਓਗੇ ਵਿਆਹ ਤੇ? ਉਹ ਯਾਰ ਤੇਰੇ ਦਿਮਾਗ ਨਹੀਂ ਹੈਗਾ, ਇਹ ਵਿਆਹ ਤੋਂ ਬਾਅਦ ਜਦੋਂ ਆਪਾਂ ਘੁੰਮਣ ਜਾਵਾਂਗੇ ਉਦੋਂ ਵਾਸਤੇ ਲੈਣੀ ਹੈ, ਚੱਲ ਇਹ ਨਹੀਂ ਲੈਂਦੇ ਹੈਗੇ, ਹੋਰ ਕੋਈ ਲੈ ਲਾਂਗੇ। ਆ ਲਓ ਤੁਸੀਂ ਰੈਡੀ ਟੀ-ਸ਼ਰਟ ਆ, ਸੋਹਣੀ ਹੈਗੀ, ਕੋਈ ਨਾ ਖੜ ਜਾ, ਮੈਂ ਥੋੜੀ ਜਿਹੀ ਮਹਿੰਗੀ ਗੂੜੇ ਰੰਗ ਲੈ ਲਓ, ਗੂੜੇ ਗੂੜੇ ਰੰਗ ਲੈ ਲਓ। ਹਾਂ ਬਸ ਉਹੇ ਜੇ ਤੂੰ ਲੈ ਲਈ, ਚੰਗਾ ਵਧੀਆ ਨੇ ਕੱਪੜੇ, ਗੋਰਾ ਹੈਗਾ, ਸੋਹਣੇ ਲੱਗਣਗੇ ਗੂੜੇ ਗੂੜੇ ਰੰਗ। ਹੈ ਸੱਚੀ? ਹਾਂ ਹਾਂ, ਮੇਰੀ ਗੱਲ ਸੁਣ, ਆ ਤਾਂ ਆਪਾਂ ਦੇਖ ਲਾਂਗੇ, ਆਪਾਂ ਉਹ ਬੂਟ ਦੇਖਦੇ ਹਾਂ ਇੱਕ ਮਿੰਟ, ਦੋ ਜੋੜੀਆਂ ਲੈ ਲਾਂਗੇ। ਕਿੰਨੇ ਦੇ ਨੇ? ਹੈ ਪੁੱਛ ਤਾਂ ਲਓ ਕਿੰਨੇ ਦੇ ਨੇ। ਕਿੰਨੇ ਦੇ ਮਰਜ਼ੀ ਹੋਣ, ਜਦੋਂ ਤੂੰ ਮੇਰੇ ਨਾਲ ਹੈ ਮੈਨੂੰ ਡਰਨ ਦੀ ਲੋੜ ਹੈ? ਮੈਂ ਤੁਹਾਡੇ ਨਾਲ ਮਤਲਬ ਤੂੰ ਹੈਗੀ ਤਾਂ ਹੈਗੀ ਆ ਪੈਸੇ ਦੇਣ ਨੂੰ,
ਉਹ ਸੱਚ ਮੈਂ ਦੇਊਂਗਾ, ਅੱਜ ਤਾਂ ਮੇਰੇ ਕੋਲ ਨੇ। ਤੈਨੂੰ ਪਤਾ ਮੈਂ ਆਪਣੇ ਭਰਾ ਨੂੰ ਝੂਠ ਬੋਲਿਆ ਹੋਇਆਗਾ, ਤਾਂ ਤੈਨੂੰ 5000 ਰੁਪਏ ਦਿੱਤਾ ਹੈਗਾ। ਪਰ ਕੀ ਕਰਾਂ ਹੁਣ, ਹੁਣ ਤਾਂ ਪੈਸੇ ਗਏ ਹੱਥੋਂ। ਲੈ ਲਓ ਹੁਣ ਜਿਹੜੀ ਚੀਜ਼ ਲਈ। ਚੱਲ ਚੰਗਾ, ਮੈਂ ਤੇਰੇ ਪੈਸੇ ਮੋੜ ਵੀ ਦਊਂਗਾ, ਐਡੀ ਵੀ ਗੱਲ ਨਹੀਂ ਹੈਗੀ। ਇੰਨੀ ਗੈਰਤ ਕਿੱਥੇ ਤੇਰੇ 'ਚ? ਇੰਨੀ ਗੈਰਤ ਵਾਲੀ ਕੀ ਗੱਲ ਹੈ ਫਿਰ? ਤੇਰਾ ਤੇ ਮੇਰਾ ਕਿਹੜਾ ਵੰਡਿਆ ਕੁਛ ਨਾਲੇ? ਤਾਂ ਉਦੋਂ ਕਹਿ ਦਿੰਦੀ ਹੈ ਵੀ ਤੇਰਾ ਤੇ ਮੇਰਾ ਇੱਕੋ ਜਿਹਾ, ਮੈਨੂੰ ਤਾਂ ਬਸ ਮੈਂ ਨਹੀਂ ਲੈਂਦਾ। ਮੈਂ ਬੂਟ ਮਾਰੂੰਗੀ, ਮੂੰਹ ਤਾਂ ਇੱਧਰ ਦੇ। ਆਹ ਦੇਖੀ ਕਿੰਨਾ ਸੋਹਣਾ, ਤੇਰੇ ਮੂੰਹ ਵਰਗਾ ਜ਼ਮੀਨ। ਲੈ ਲਾ, ਤੂੰ ਤਾਂ ਪੈਸੇ ਲੈ, ਆਪਦੇ ਪੈਸੇ ਹੀ ਲੈ ਲਈ। ਮਜ਼ਾਕ ਕਰਦੀ ਹਾਂ ਮੈਂ ਤਾਂ ਸੱਚੀ। ਜ਼ਮੀਨ ਨਾ ਦੇ, ਕੁਛ ਨਾ ਦੇ, ਬਸ ਮੇਰੇ ਨਾਲ ਵਿਆਹ ਕਰਾ ਲਈ, ਮੈਨੂੰ ਛੱਡੀ ਛੱਡੀ ਨਾ। ਵਿਆਹ ਛੱਡਦਾ ਛੁੱਟਦਾ ਨਹੀਂ ਮੈਂ। ਲੈ, ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ ਜੱਟ ਦਾ ਜਿਉਣਾ ਜੱਗ। ਸ਼ਰੇਆਮ ਤੇਰੇ ਨਾਲ ਬਾਜ਼ਾਰ 'ਚ ਘੁੰਮਦੀਆਂ ਮੈਂ, ਸ਼ਰੇਆਮ ਦੁਕਾਨਾਂ ਜਾਂਦੀ ਹੈਗੀ। ਮੈਂ ਵੀ ਘੁੰਮ ਰਿਹਾ ਤੇਰੇ ਨਾਲ, ਨਾਲੇ ਮੈਨੂੰ ਤੇਰੇ 'ਤੇ ਪੂਰਾ ਮਾਣ ਹੈ, ਤੇਰੇ ਕਰਕੇ ਤਾਂ ਮੈਂ ਜਿਉਂਦਾ ਫਿਰਦਾ। ਤੂੰ ਇੱਕ ਮਿੰਟ ਉਰੇ ਬੈਠ, ਮੈਂ ਮਾੜਾ ਜਿਹਾ ਉਹਨਾਂ ਨੂੰ ਐਂ ਕਿਹਾ ਵਾ ਬਈ ਤੁਸੀਂ ਆਏ ਨਾ ਚੱਕੋ, ਮੇਰੀ ਸਹੇਲੀ ਹੈ। ਆ ਗਿਆ, ਆਇਆ ਪਸੰਦ ਕੋਈ ਬੂਟ ਵਾਟਾ? ਉਹ ਬੂਟ ਤਾਂ ਪਸੰਦ ਨੇ ਸਾਰੇ ਸਾਰੇ ਲੈ ਲਊਗਾ। ਅੱਛਾ, ਪਹਿਲਾਂ ਮੇਰੀ ਗੱਲ ਸੁਣ। ਦੱਸੋ। ਉਹ ਮੇਰੀ ਸਹੇਲੀ ਹੈਗੀ ਨਾਲ। ਅੱਛਾ, ਜਿਹੜੇ ਸਮਾਨ ਲੈ ਕੇ ਆਊਂਗਾ, ਜੇ ਬੂਟ 1300 ਦਾ 2600 ਦਾ ਕਹਿਣਾ, ਜੇ 2000 ਉਹ ਤਾਂ ਕਹਿ ਦਾਂਗੇ, ਜਿਹੜੇ ਪਹਿਲਾਂ ਨੇ ਪੈਸੇ ਰਹਿੰਦੇ ਨੇ ਆਪਣੇ। ਉਹ ਪਹਿਲਾਂ ਵਾਲੇ ਵੀ ਦੇਊਂਗਾ, ਉਹ ਸਿੱਧਾ ਹੱਲ ਕਰੀਏ ਨਾ। ਉਹਨੂੰ 1,00,000 ਰੁਪਇਆ ਦਿੱਤਾ ਸੀ, ਮਸਾਂ ਕਰਕੇ ਮੋੜਦੀ ਹੈ। ਠੀਕ ਹੈ, ਮੇਰੀ ਗੱਲ ਸੁਣ, ਵਧਾ ਕੇ ਕਹੀਂ ਪੈਸੇ। ਉਹ ਤਾਂ ਕੋਈ ਚੱਕਰ ਨਹੀਂ, ਆਪਣੇ ਪਹਿਲਾਂ ਵਾਲੇ ਪੈਸਿਆਂ ਦਾ ਵੀ ਹੱਲ ਕਰ ਦੇ। ਕਰ ਦੂੰਗਾ, ਲੈ ਬਸ ਭਾਈ ਦੇ ਕਿਤੋਂ। ਚੱਲ ਚੰਗਾ, ਕੋਈ ਗੱਲ ਨਹੀਂ, ਕੋਈ ਮੈਂ ਬਸ ਸਮਾਨ ਜਿਹਾ ਦੇਖ ਲਾ। ਕੋਈ ਗੱਲ ਨਹੀਂ, ਦੇਖੋ। ਯਾਰ ਲੇਟ ਕਰਵਾਤਾ। ਲੇਟ ਕੀ ਕਰਾਤਾ, 5,000 ਰੁਪਏ ਥਾਂ ਦੇ 7,000 ਰੁਪਇਆ ਲੱਗ ਗਿਆ ਯਾਰ, ਦਿਲ ਘਟੀ ਜਾਂਦਾ ਇੰਨੇ ਪੈਸੇ ਲੱਗ ਗਏ। ਫਿਰ ਕੀ ਹੋ ਗਿਆ, 2000 ਹੀ ਵੱਧ ਹੈਗਾ, ਮੈਂ ਦੇ ਦੂੰਗੀ, ਦਿਲ ਨਾ ਛੋਟਾ ਕਰ ਤੂੰ ਆਪਦਾ। ਹਾਂ ਮੈਂ ਦੇ ਦੂੰਗੀ, ਤੇ ਠੀਕ ਹੈ। ਦੇਖੀ ਰੋ ਰੋ ਸੈਂਟਰ ਛੁੱਟੀ ਮਾਰਦੀ ਹਾਂ ਮੈਂ, ਹੁਣ ਐਂ ਕਰ ਮੇਰੇ ਪਿੰਡ ਤੱਕ ਮੈਨੂੰ ਛੱਡਿਆ। ਉਹ ਮੈਨੂੰ ਵੀ ਕੰਮ, ਮੈਂ ਤੈਨੂੰ ਆਟੋ ਕਰਾ ਨਾ, ਅੱਜ ਆਟੋ ਤੇ ਵਗ ਜਾ ਫਿਰ ਛੱਡਿਆ ਪੱਕਾ। ਦੇਖੀ ਮੈਂ ਲੇਟ ਹੋ ਜਾਊਂਗੀ, ਆਟੋ ਵਾਲਾ ਥਾਂ ਥਾਂ ਤੇ ਰੁਕਦਾ ਜਾਊਗਾ। ਨਾ ਮੈਂ ਉਹਨੂੰ ਕਹੂੰਗਾ ਵੀ ਤੂੰ ਸਿੱਧੀ ਲਾ ਦੀ ਹਰਮਨ ਨੂੰ, ਤੂੰ ਮੇਰੇ ਨਾਲ ਛਿੱਤਰ ਪਵਾਏਗਾ ਕਿਸੇ ਦਿਨ। ਪੱਕਾ ਨਹੀਂ ਪਾਉਂਦਾ ਜੋ, ਜੇ ਵੀਰ ਨੂੰ ਪਤਾ ਲੱਗ ਗਿਆ ਨਾਲੇ ਤਾਂ ਝਟਕੇ ਤੇਰੀ ਪੱਟੂ ਨਾਲ ਮੇਰੀ ਵੀ ਲੱਗਦਾ ਪਤਾ। ਗਲੋਣੀ ਗਰਮੀ ਇੰਨੀ ਹੋਈ ਪਈ ਹੈ, ਹਾਏ ਹਾਏ। ਲੈ ਨਾਲੇ 4 ਰੋਟੀਆਂ ਖਾ ਕੇ ਘਰੋਂ ਆਈ ਸੀ, ਮੱਚੜੀ ਭੁੱਖ ਫੇਰ ਲੱਗ ਗਈ, ਭੁੱਖੇ ਢਿੱਡ ਤਾਂ ਜ਼ਮੀਨ ਦੀ ਗੱਲ ਵੀ ਨਹੀਂ ਹੋਣੀ। ਚੱਲ ਮਣਾ, ਪਹਿਲਾਂ ਤਾਂ ਸਮੋਸੇ ਹੀ ਖਾਵਾਂ, ਫੇਰ ਹੀ ਤੁਰੂੰਗਾ। ਹਾਂ ਲੈ, ਮੂੰਹ ਵੀ ਸੁੱਕਿਆ ਪਿਆ, ਆਹ ਗੋਲੀ ਵਾਲਾ ਬੱਤਾ ਹੀ ਪੁੱਛਦੀਆਂ ਪਹਿਲਾਂ ਇਹਨੂੰ। ਬੇ ਭਾਈ, ਆ ਗੋਲੀ ਵਾਲਾ ਬੱਤਾ ਕਿੰਨੇ ਦਾ ਲਾਇਆ? 20 ਰੁਪਈਆਂ ਦਾ। ਖੜ ਜਾ ਮੇਰੇ ਸਾਲੇ ਦਾ ਗਲਾ। ਸਮਝ ਤੋਂ ਬਾਹਰ ਹੋ ਰਿਹਾ, ਘਰੇ ਚੱਲੀ ਕੀ ਜਾਂਦਾ ਨਾ, ਹਰਮਨ ਕੋਈ ਭੇਜ ਦਿੰਦੀ ਹੈ।
ਪੈਸੇ ਲੈ ਜਾਂਦੀ ਹੈ, ਪੈਸੇ ਹੈ ਨਹੀਂ, ਪੈਸੇ ਲੈ ਜਾਂਦੀ ਹੈ, ਪੈਸੇ ਹੈ ਨਹੀਂ। ਜੇ ਬੇਬੇ ਨੂੰ ਕੁਛ ਕਹੋ ਤਾਂ ਬੇਬੇ ਮੰਦਾ ਚੰਗਾ ਲੱਗ ਜਾਂਦਾ ਬੋਲਣਾ। ਕੀ ਕਰਾਂ, ਕਿਹਦੇ ਨਾਲ ਗੱਲ ਕਰਾਂ? ਕੀ ਸੋਚਦੇ ਹੋ ਜੀ ਖੜੇ? ਉਹ ਕੁਛ ਨਹੀਂ ਮਤਲਬ ਕੱਲੇ ਬੋਲ ਤਾਂ ਰਹੀ ਸੀ, ਅੱਖ ਜੇ ਪਾ ਕੇ ਹਟਿਆ ਸੀ ਮੈਂ ਸਾਨੂੰ। ਹੈ ਫਿਰ ਕੀ ਬੋਲ ਤਾਂ ਰਹੀ ਸੀ, ਉਹ ਦੱਸੋ ਨਾ ਕੀ ਬੋਲ ਰਹੀ ਸੀ। ਉਹ ਕੁਛ ਨਹੀਂ, ਤੈਨੂੰ ਪਤਾ ਹੀ ਹੈ ਉਹ ਜਿਹੜੀ ਤੂੰ ਹਰਮਨ ਵਾਲੀ ਗੱਲ ਕਰੀ ਸੀਗੀ। ਆਹੋ ਹਾਂਜੀ, ਉਹ ਇੱਕ ਤਾਂ ਉਹ ਹੀਰ ਕਹਿ ਕੇ ਗਈ ਸੀਗੀ, ਫੀਸ ਵਾਲੀ ਗੱਲ ਤਾਂ ਉੱਥੇ ਪਤਾ ਲੱਗ ਗਈ ਸੀ ਮੈਨੂੰ। ਅਤੇ ਰਹਿੰਦਾ ਖੁੰਦਾ ਕੱਲ੍ਹ ਮੈਂ ਉੱਥੇ ਵੀ ਜਾ ਕੇ ਆਇਆ, ਇੰਸਟੀਟਿਊਟ ਵੀ ਜਾ ਕੇ ਆਇਆ। ਅੱਛਾ ਫਿਰ ਉਹ ਕੀ ਕਹਿੰਦੇ? ਉਹ ਕਹਿੰਦੇ ਇਸ ਤੋਂ ਕੋਈ ਫਾਲਤੂ ਫੀਸ ਲੈਂਦੀ ਨਹੀਂ ਹੈਗੇ, 5000 ਰੁਪਏ ਫੀਸ ਹੈ, ਕੋਈ ਫੰਕਸ਼ਨ ਦੀ ਫੀਸ ਨਹੀਂ ਲੈਂਦੇ ਹੈਗੇ, ਪੇਪਰਾਂ ਦੀ ਕੋਈ ਫੀਸ ਨਹੀਂ ਲੈਂਦੇ ਹੈਗੇ। ਮਤਲਬ ਉਹਨਾਂ ਨੇ 5000 ਹੀ ਲਿਆ ਫਿਰ ਇਹਦੇ ਤੋਂ? 5000 ਲਿਆ। ਅਤੇ ਫਿਰ ਬਾਕੀ ਦੇ 5000 ਕਿੱਥੇ ਆ? ਉਹ ਚਲ ਪੈਸਿਆਂ ਦਾ ਖਾਧੀ ਕੜੀ ਜਵਾਕ ਤੋਂ ਖਰਚੇ ਜਾਂਦੇ ਨੇ, ਠੀਕ ਹੈ, ਕੋਈ ਕੱਪੜਾ ਲੈ ਲਿਆ, ਕੋਈ ਖਾ ਪੀ ਲਿਆ। ਗੱਲ ਤਾਂ ਐਂ ਵੀ ਜਿਹੜਾ ਉੱਥੇ ਮਾਸਟਰ ਸੀਗਾ ਉਹ ਕਹਿੰਦਾ ਹਰਮਨ ਆਉਂਦੀ ਵੀ ਘੱਟ ਵੱਧੇ ਆ। ਇਹ ਤਾਂ ਰੈਗੂਲਰ ਜਾ ਰਹੀ ਹੈ, ਛੁੱਟੀ ਵੀ ਨਹੀਂ ਹੈਗੀ ਕੋਈ। ਇਹੀ ਗੱਲ ਮੈਂ ਕਹੀ ਸੀਗੀ, ਮੰਜੂ ਤਾਂ ਰੋਜ਼ ਆਉਂਦੀ ਹੈ। ਫਿਰ ਹੁਣ ਮੈਨੂੰ ਤਾਂ ਲੱਗਦਾ ਵੀ ਉਹ ਨਾ ਕਿਤੇ ਗਲਤ ਰਾਏ ਪੈ ਰਹੀ ਹੋਵੇ। ਮੈਂ ਤੁਹਾਨੂੰ ਕੀ ਕਿਹਾ ਸੀ ਵੀ ਤੁਹਾਡੀਆਂ ਹੌਲੀ ਹੌਲੀ ਅੱਖਾਂ ਖੁੱਲਣਗੀਆਂ। ਓਏ ਆਹੋ ਯਾਰ, ਤੈਨੂੰ ਵੀ ਗੱਲਾਂ ਕਰਨ ਨੂੰ ਟਾਈਮ ਲੱਗ ਜਾਂਦਾ। ਮੈਂ ਤੂੰ ਪਹਿਲਾਂ ਮੈਨੂੰ ਸੁਣਾ ਦਿਆ ਕਰ, ਜਿਹੜੀ ਗੱਲ ਹੈਗੀ ਆ ਉਹ ਨਾ ਸੁਣਿਆ ਕਰ, ਮੈਨੂੰ ਮਿਹਣੇ ਲੱਗ ਜਾ ਕਰ ਮਾਰਨ ਤੂੰ। ਸੁੱਖ ਮੈਂ ਉਹਦੀ ਦੁਸ਼ਮਣ ਥੋੜਾ ਵਾ, ਭਾਬੀ ਆ ਮੈਂ ਉਹਦੀ, ਚੰਗੇ ਮਾੜੇ ਦਾ ਮੈਨੂੰ ਨਹੀਂ ਪਤਾ। ਤੁਹਾਨੂੰ ਤਾਂ ਕਹਿੰਦੀ ਆ ਵੀ ਉਹਦਾ ਆਪਾਂ ਨੂੰ ਉਹਦੀ ਆਪਾਂ ਨੂੰ ਗੌਰ ਕਰਨੀ ਚਾਹੀਦੀ ਆ, ਉਹ ਕਿੱਥੇ ਜਾ ਰਹੀ ਹੈ ਕਿੱਥੇ। ਤੁਸੀਂ ਤਾਂ ਉਹਦੇ ਕਾਲਜ ਵੀ ਨਹੀਂ ਜਾਂਦੇ ਹੈਗੇ, ਹੁਣ ਪਤਾ ਨਹੀਂ ਕਿਵੇਂ ਜਾਏ। ਜਾ ਕੇ ਆਇਆ ਫਿਰ ਇਹ ਪਤਾ ਲੱਗਿਆ, ਕੱਲ੍ਹ ਨੂੰ ਤਾਂ ਹੋਰ ਕੁਛ ਹੋ ਜੂਗਾ ਫਿਰ, ਫਿਰ ਵਹਿੰਦੇ ਰਹੋ ਨਾਲੇ ਇੱਥੇ ਬੈਠ ਕੇ ਸੋਚਣ ਨਾਲ ਕੁਛ ਹੋਣ ਨਹੀਂ ਲੱਗਾ। ਰਹਿਣ ਦੇ, ਅੱਗੇ ਬਥੇਰੀਆਂ ਗੱਲਾਂ ਬਣਾ ਲਾਂਦੀਆਂ ਉਹ ਤੇਰੀਆਂ। ਚੱਲ ਐਂ ਕਰੀ ਤੂੰ ਇੱਕ ਵਾਰ ਗੱਲ ਕਰਕੇ ਦੇਖੀ। ਰਹਿਣ ਦੋ, ਮੈਂ ਨਹੀਂ ਕਰਦੀ ਹੁਣ। ਆਹੋ ਹੁਣ ਤੇਰੇ ਪੈਰੀ ਹੱਥ ਲਾ ਦਾਂ ਮੈਂ, ਤੂੰ ਪੈਰ ਖਿਚਾ ਲੈ। ਸਾਰਾ ਟੱਬਰ ਮੇਰੇ ਤੇ ਕਿਉਂ ਖਿਜਾ ਰਹਿੰਦਾ, ਮੇਰੀ ਗਲਤੀ ਕੀ ਆ? ਗਲਤੀ ਕੀ ਆ ਤੇਰੀ? ਹੁਣ ਇੱਥੇ ਬਹਿ ਗਈ ਦੱਸ ਗਰਮੀ 'ਚ। ਚੱਲ ਕੋਈ ਨਾ, ਤੂੰ ਜਾ ਕੇ ਆਪਦਾ ਕੰਮ ਧੰਦਾ ਕਰ ਲੈ। ਹਰਮਨ ਕਿੱਥੇ ਆ? ਅੰਦਰ ਹੀ ਆ। ਚੱਲ ਦੇਖੀ ਤੂੰ ਬਹਾਨੇ ਨਾਲ ਗੱਲ ਕਰਕੇ ਕਿ ਤੇਰਾ ਵੀਰਾ ਕੱਲ੍ਹ ਉੱਥੇ ਗਿਆ ਸੀਗਾ ਤੇਰੇ ਸੈਂਟਰ ਜਾ ਕੇ ਆਇਆ। ਫਿਰ ਉਹਨੂੰ ਫਿਰ ਫਿਰ ਕਹੂਗੀ ਮੈਂ ਕਿਹਾ ਸੀ ਜਾਣ ਨੂੰ, ਵੀ ਆਪੇ ਗੱਲ ਕਰ ਲਈ ਉਹਦੇ ਨਾਲ, ਮੈਂ ਨਹੀਂ ਕਰਦੀ। ਜਿਹਦੇ ਨਾਲ ਗੱਲ ਕਰੋ ਉਹੀ ਸਰ ਨੂੰ ਚੜਕੇ ਪੈ ਜਾਂਦਾ। ਹੁਣ ਜੇ ਮਾਂ ਨੂੰ ਕਹੂੰਗਾ ਤਾਂ ਉਹਨੇ ਨੀ ਸੁਣਨੀ ਹੈਗੀ। ਉਹ ਖਾ ਲੈ ਮੇਰੇ ਫਲ ਦੀ, ਮੇਰੇ ਮੂੰਹ ਕਨੀ ਦੱਸ ਕੀ ਦੇਖੀ ਜਾਂਦੀ ਹੈ। ਮੈਂ ਤੈਨੂੰ ਕਿੰਨੇ ਵਾਰੀ ਕਿਹਾ ਗਾ ਫੋਨ ਨਾ ਕਰਿਆ ਕਰ, ਵੀਰਾ ਘਰੀ ਅੱਜ। ਹਾਂ ਮੈਂ ਹੀਰ ਦੇ ਘਰੇ ਜਾ ਕੇ ਆਉਂਦੀ ਹੈਗੀ, ਉੱਥੇ ਜਾ ਕੇ ਤੇਰੇ ਨਾਲ ਗੱਲ ਕਰ ਲੂੰਗੀ। ਠੀਕ ਹੈ, ਬਾਏ ਬਾਏ ਬਾਏ।
ਹਰਮਨ? ਹਾਂ ਵੀਰੇ। ਕਿੱਧਰ ਚੱਲੀ ਹੈ? ਮੈਂ ਤਾਂ ਹੀਰ ਕੇ ਘਰ ਚੱਲੀ ਸੀ। ਕਿਉਂ? ਮੈਨੂੰ ਥੋੜ੍ਹਾ ਜਿਹਾ ਕੰਮ ਹੈ, ਮੈਂ ਉਹਨੂੰ ਨੋਟਿਸ ਦਿੱਤੇ ਹੋਏ ਸੀਗੇ, ਉਹੀ ਲੈਣ ਚੱਲੀ ਹਾਂ ਬਸ। ਕਾਹਦੇ ਨੋਟਿਸ ਦਿੱਤੇ ਹੋਏ ਤਾਂ? ਤੁਹਾਨੂੰ ਪਤਾ ਹੈਗਾ ਪੇਪਰਾਂ ਦੇ। ਸਾਰੇ ਨਾਲ ਹੀ ਨਹੀਂ ਹੁੰਦੇ ਇੱਥੇ ਕਲਾਸ 'ਚ? ਉਹਨੇ ਮੈਥੋਂ ਲੈ ਲਏ ਸੀਗੇ, ਕਹਿੰਦੀ ਮੈਂ ਯਾਦ ਕਰਨੇ ਨੇ, ਪਤਾ ਨਹੀਂ ਮੈਂ ਆਪਦੇ ਬਣਾਉਣੇ ਨੇ, ਕਹਿੰਦੀ ਮਹਾਂ ਚੱਲ ਤੂੰ ਲੈ ਲਾ, ਹੁਣ ਮੈਂ ਵਾਪਸ ਵੀ ਲੈਣੇ ਨੇ ਆਪਦੇ, ਮੈਂ ਵੀ ਯਾਦ ਕਰਨਾ ਹੈਗਾ। ਅੱਛਾ, ਫੀਸ ਭਰਤੀ ਉਹ? ਹਾਂ ਵੀਰੇ, ਉਹ ਤਾਂ ਭਰਤੀ, ਪਰ ਤੂੰ ਹੈਗਾ ਤਾਂ ਪੁੱਛ ਰਹੇ ਹੈ। ਕਿੰਨੀ ਫੀਸ ਹੈ? 10,000 ਸੀ ਵੀਰੇ। ਸੱਚ ਵੀਰੇ, ਮੈਂ ਤੈਨੂੰ ਐਂ ਕਹਿੰਦੀ ਸੀਗੀ ਵੀ ਮੈਨੂੰ 2,000 ਰੁਪਇਆ ਹੋਰ ਚਾਹੀਦਾ। ਕਿਉਂ? ਸਾਡੇ ਨਾ ਮਤਲਬ ਕਿ ਇੱਥੇ ਸੈਂਟਰ 'ਚ ਕੋਈ ਫੰਕਸ਼ਨ ਜਿਹਾ ਹੈਗਾ, ਅਤੇ ਉਹਦੇ 2,000 ਰੁਪਇਆ ਲੈਣਾ ਉਹਨਾਂ ਨੇ। ਅੱਛਾ, 2,000 ਰੁਪਇਆ ਚਾਹੀਦਾ? ਹਾਂਜੀ ਵੀਰੇ। ਮੈਂ ਆਪੇ ਦੇ ਆਊਂ ਸੈਂਟਰ 'ਚ ਜਾ ਕੇ? ਨਾ ਵੀਰੇ, ਤੂੰ ਇੰਨੀ ਦੂਰ ਜਾਵੇਂਗਾ, ਤੇਲ ਫੂਕਦਾ ਮੈਂ ਆਪੇ ਦੇਊਂਗੀ, ਜਾਣਾ ਤਾਂ ਹੁੰਦਾ ਮੈਂ ਰੋਜ਼ ਕਾਲਜ। ਸ਼ਰਮ ਤਾਂ ਨਹੀਂ ਆਉਂਦੀ ਝੂਠ ਬੋਲਦੀ ਨੂੰ? ਕੀ ਮਤਲਬ ਵੀਰੇ? ਮਾੜਾ ਮੋਟਾ ਝੂਠ ਬੋਲਣ ਲੱਗੇ ਦੇਖ ਲਿਆ ਕਰ। ਕੀ ਝੂਠ ਬੋਲਿਆ ਮੈਂ? ਬਗਾਨਾ ਨਹੀਂ ਹੈਗਾ, ਸਾਕਾ ਭਾਈ ਆ ਤੇਰਾ ਮੈਂ। ਮੰਮੀ, ਆ ਦੇਖ ਲੈ ਵੀਰਾ ਮੈਨੂੰ ਮਾਰਦਾਗਾ। ਮਾਰਾ ਨਾ, ਹੋਰ ਤੇਰੀ ਆਰਤੀ ਤਾਰਾ ਮੈਂ। ਕਿੱਥੇ ਜਾਂਦੇ ਨੇ ਪੈਸੇ? ਤੇਰੇ ਸੈਂਟਰ ਜਾ ਕੇ ਆਇਆ ਕੱਲ ਮੈਂ। ਨਾ ਮੁੰਡਿਆ, ਮਾੜੀ ਮੋਟੀ ਸੰਗ ਸ਼ਰਮ ਮੰਨ ਲੈ, ਤੂੰ ਬਰਾਬਰ ਦੀ ਕੁੜੀ ਦੇ ਤੇ ਹੱਥ ਚੱਕਦਾ ਹੈਗਾ। ਸੰਗ ਸ਼ਰਮ ਇਹਨੂੰ ਕਰਨੀ ਚਾਹੀਦੀ ਹੈ ਮਾਂ। ਸੈਂਟਰ ਜਾ ਕੇ ਆਇਆ ਮੈਂ ਕੱਲ, 5,000 ਰੁਪਏ ਫੀਸ ਹੈ, ਕੋਈ ਫਾਲਤੂ ਖਰਚਾ ਨਹੀਂ ਲੈਂਦੇ ਜਿਹੜੇ ਇਹ 1,000-1,000 2,000 ਰੁਪਏ ਮਹੀਨੇ ਦਾ ਲੈ ਜਾਂਦੀਆਂ ਪੇਪਰਾਂ ਦਾ ਕਹਿ ਕੇ, ਫੰਕਸ਼ਨ ਦਾ ਕਹਿ ਕੇ। ਕਿੱਥੇ ਜਾਂਦੇ ਨੇ ਪੈਸੇ ਇਹਨੂੰ ਪੁੱਛ। ਮੰਮੀ, ਮੈਂ ਕੋਈ ਝੂਠ ਨਹੀਂ ਬੋਲਦੀ ਹੈਗੀ, ਮੈਂ 10,000 ਰੁਪਏ ਦੇ ਕੇ ਆਈ ਸੀ ਸੈਂਟਰ ਵਾਲਿਆਂ ਨੂੰ, ਉਹਨਾਂ ਨੇ ਇਹਨੂੰ ਕੀ ਕਿਹਾ ਮੈਨੂੰ ਨਹੀਂ ਪਤਾ ਹੈਗਾ, ਨਾਲੇ ਇਹ ਭਾਬੀ ਪਿੱਛੇ ਲੱਗ ਕੇ ਤਾਰਾ ਜਿਹੜਾ ਕੁਛ ਕਰ ਰਿਹਾ ਹੈਗਾ। ਨਹੀਂ, ਮੇਰਾ ਨਾਮ ਕਾਹਤੇ ਬਦਨਾਮ ਕਰਦੇ ਹੋ? ਮੈਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ, ਤੁਹਾਡੀ ਆਪਸੀ ਗੱਲ ਹੋਈ ਆ, ਥੱਪੜ ਤੁਹਾਨੂੰ ਇਹਨਾਂ ਨੇ ਮਾਰਿਆ, ਅੱਗੋਂ ਤੁਸੀਂ ਪਤਾ ਨਹੀਂ ਕਿਹੜੀਆਂ ਗਲਤੀਆਂ ਕਰਦੇ ਫਿਰਦੇ ਹੋ। ਗਲਤੀ ਤਾਂ ਸਾਡੀ ਹੈ, ਜਿਹੜੀ ਤੈਨੂੰ ਨੰਗਾ ਦੇ ਘਰ ਦੀ ਨੂੰ ਇੱਥੇ ਲੈ ਆਏ, ਇਹਨੇ ਕੰਨ ਭਰਨੇ, ਇਹਨੇ ਕੰਨ ਭਰਨੇ, ਉਦਣ ਜਦੋਂ ਮੈਂ 10,000 ਰੁਪਏ ਵੀਰੇ ਤੋਂ ਲਿਆ ਸੀਗਾ, ਇੱਥੇ ਬੈਠਦੀ ਮੰਜੇ 'ਤੇ, ਵੀਰਾਂ ਨੂੰ ਕਹਿੰਦੀ ਇਹਨੂੰ ਦੇਈ ਨਾ 10,000 ਰੁਪਇਆ, ਕਹਿੰਦੀ ਅਸੀਂ ਪੜ੍ਹਿਆਂਗੇ, ਅਸੀਂ ਵੀ ਐਂ ਕਰਿਆਂਗੇ, ਆਹ ਕੁਛ ਕਰ ਦਿੱਤੀ ਇਹ। ਨਹੀਂ, ਮੈਨੂੰ ਸਭ ਪਤਾ ਹੈ, ਜਾਣਦੀ ਹਾਂ ਮੈਂ, ਮੈਨੂੰ ਦੱਸ ਤਾ ਇਹਨੇ ਸਾਰਾ ਕੁਛ ਵੀ ਕੰਨ ਤੈ ਭਰੇ ਨੇ, ਮਾੜੀ ਮੋਟੀ ਆਪਣੀ ਜਵਾਨ ਨੂੰ ਲਗਾਮ ਦੇ ਲਿਆ ਕਰ, ਨੂੰਹ ਐ ਨੂੰਹ ਬਣ ਕੇ ਰਹਿ, ਸੱਸ ਨਾ ਬਣ ਮੇਰੀ ਗਾਹ। ਉਹ ਰਹਿਣ ਦੇ ਮਾਤਾ, ਰਹਿਣ ਦੇ, ਕਿਉਂ ਇਹਦੀਆਂ ਗਲਤੀਆਂ 'ਤੇ ਪੜਦੇ ਪਾਉਣੀ ਹੈ? ਮੈਂ ਸਾਰਾ ਕੁਛ ਪਤਾ ਕਰਿਆ ਆ, ਸਾਰਾ ਕੁਛ, ਮੈਂ ਤਾਂ ਬੋਲ ਰਿਹਾ, ਇਹਦੇ ਪਿੱਛੇ ਲੱਗ ਕੇ ਨਹੀਂ ਬੋਲਦਾ ਹੈਗਾ ਮੈਂ। ਆ ਦੇਖ ਲਓ ਜੀ, ਮੇਰੇ ਪੇਕਿਆਂ ਤੱਕ ਵੀ ਪਹੁੰਚ ਗਏ, ਉਹਨਾਂ ਨੇ ਕੀ ਵਿਗਾੜਤਾ ਤੁਹਾਡਾ? ਨਾਲ ਇੱਕ ਗੱਲ ਹੋਰ ਹਰਮਨ, ਅਸੀਂ ਨਾ ਬਿਨਾਂ ਦੱਸੇ ਪੁੱਛੇ ਜਾਂ ਇੱਦਾਂ ਤੁਹਾਡੇ ਵਾਂਗੂ ਨਹੀਂ ਸੀ ਕਰਦੇ ਜਿਵੇਂ ਤੁਸੀਂ ਕਰਨ ਲੱਗ ਗਏ ਹੁਣ ਦੇ ਜਵਾਕ, ਸਮਝ ਗਏ? ਆਹੋ, ਤੂੰ ਤਾਂ ਬੇਬੇ ਹੈ ਨਾ, ਵੱਡੀ ਬੱਗੇ ਕਾਵਾਂ ਪਏ ਦੀ, ਅੱਜ ਕੱਲ ਦੇ ਜਵਾਕ ਦੱਸਦੀ ਹੈ। ਨਹੀਂ, ਤੂੰ ਵੀ ਇਹਨਾਂ 'ਚ ਹੀ ਹੈ, ਲੁੱਤੀਆਂ ਤੂੰ ਬਹੁਤ ਲਾਉਣੀ ਹੈ, ਘੱਟ ਨਹੀਂ ਹੈਗੀ ਤੂੰ। ਮਾਤਾ ਬਸ ਕਰ ਜਾ। ਮੱਚਦੀ ਹੈ ਮੰਮੀ, ਮੱਚਦੀ ਹੈਗੀ, ਆਪਣਾ ਇੰਨਾ ਪਿਆਰ ਹੈ ਨਾ ਦੋਨਾਂ ਮਾਵਾਂ ਧੀਆਂ ਦਾ, ਇਹ ਤਾਂ ਕਹਿੰਦੀ ਹੈ ਲੜਨ ਇਹ ਦੋਨੇ ਜਾਣੇ, ਭੈਣ ਭਾਈਆਂ 'ਚ ਫੁੱਟ ਪਾਉਂਦੀ ਹੈਗੀ। ਉਹ ਤਾਂ ਮੈਨੂੰ ਦੀਦਾ ਹੀ ਹੈ। ਖੜ ਜਾਓ, ਖੜ ਜਾਓ, ਕਿਉਂ ਐਵੇਂ ਕਰਦੇ ਹੋ? ਮੇਰੀ ਸੁਣ ਲੈ ਗੱਲ ਹਰਮਨ, ਗੱਲ ਪੈਸਿਆਂ ਦੀ ਨਹੀਂ, ਗੱਲ ਝੂਠ ਦੀ ਹੈ, ਜਿਹੜਾ ਤੂੰ ਸਾਨੂੰ ਸਾਰਿਆਂ ਨੂੰ ਬੋਲ ਰਹੀ ਹੈ, ਪੈਸਿਆਂ ਦੀ ਕੋਈ ਗੱਲ ਨਹੀਂ ਹੈਗੀ ਮਾਤਾ, ਇਹ ਜਿਹੜੇ ਆਪਣੇ ਅੱਖੀ ਘੱਟਾ ਪਾ ਰਹੀ ਹੈ ਨਾ, ਇਹ ਸਾਹਮਣੇ ਆਊਗਾ, ਇਹ ਗੱਲ ਯਾਦ ਰੱਖੀ। ਆਹ ਪਾਉਣ ਲੱਗ ਰਹੀ ਅੱਖੀ ਘੱਟਾ ਤਾਂ, ਆਹ ਪਾਉਂਦੀ ਹੈ ਜਿਹੜੀ ਤੈਨੂੰ ਸਿਖਿਆਰੀ ਹੈ, ਤੈਨੂੰ ਬੁੱਧੂ ਬਣਾ ਕੇ ਸਾਡੇ ਨਾਲ ਲੜਾਉਂਦੀ ਹੈ। ਕੋਈ ਨਾ ਬੇਬੇ, ਥੋੜੇ ਦਿਨ ਰੁਕੋ ਸਹੀ, ਇਹ ਵੀ ਸੱਚ ਆਜੂ ਸਾਹਮਣੇ ਕਿ ਪੈਸੇ ਜਾਂਦੇ ਕਿੱਥੇ। ਤੂੰ ਨਾ ਚੁੱਪ ਹੀ ਰਹਿ, ਤੂੰ ਚੁੱਪ ਹੀ ਰਹਿ ਬੇਬੇ, ਮੇਰੇ ਤਾਂ ਦੂਸ਼ਣ ਲਾਉਂਦੀ ਹੈਗੀ ਇਹ, ਇਹ ਜਵਾਨ ਇੱਥੇ ਤੱਕ ਆ ਗਈ। ਕਰ ਜਾ ਯਾਰ, ਜਾ ਅੰਦਰ ਜਾ, ਤੂੰ ਜਾ ਭਾਈ ਜਾ। ਮੇਰੀ ਗੱਲ ਸੁਣ ਲੈ, ਆਪਦੀ ਨਾ ਜਵਾਨ ਨੂੰ ਲਗਾਮ ਦੇ ਲੈ, ਜੇ ਮੇਰੀ ਧੀ ਨੂੰ ਵੱਧ ਘੱਟ ਬੋਲੀ ਨਾ, ਖਬਰਦਾਰ ਹੋ ਜੀ। ਓਏ ਉਹ ਕੁਛ ਨਹੀਂ ਬੋਲਦੀ ਹੈਗੀ। ਹਾਂ, ਮੇਰੀ ਮਾਂ ਹੁੰਦੀ ਨਾ ਫਿਰ ਤੁਹਾਨੂੰ ਦੱਸਦੀ ਬੇਬੇ। ਆ ਦੇਖ ਲੈ ਬੜੀ ਫਿਰਦੀ ਆ ਨਰਮ, ਆ ਨਰਮ ਨੂੰ ਚੱਟ ਲਓ, ਦੇਖ ਲਓ ਕਿੱਡੀ ਜਵਾਨ ਕੱਢੀ ਹੈ ਨਾ ਨਰਮ ਨੇ।
ਤੇਰੇ ਸਾਹਮਣੇ ਦੇਖ ਲੈ। ਤੂੰ ਜਾਣ ਦੇ ਹਰਮਨ, ਇਹ ਤੇਰੇ ਆ ਜਿਹੜੇ ਇੱਕ ਝੂਠ ਬੋਲਣ ਨਾਲ ਜਿਹੜਾ ਤੇ ਘਰ 'ਚ ਕੰਜਰ ਕਲੇਸ਼ ਹੋ ਰਿਹਾ ਨਾ, ਇਹ ਤੈਨੂੰ ਵੀ ਪਤਾ ਵੀ ਤੂੰ ਝੂਠ ਬੋਲ ਰਹੀ ਹੈ, ਠੀਕ ਹੈ? ਬਾਕੀ ਜਿੰਨਾ ਕੁ ਤੂੰ ਝੂਠ ਬੋਲ ਰਹੀ ਹੈ ਇਹ ਸਾਰਾ ਕੁਛ ਮੂਹਰੇ ਆਜੂਗਾ, ਇਹ ਤੂੰ ਯਾਦ ਰੱਖੀ। ਕੋਈ ਨੀ ਵੀਰੇ, ਚੱਲ ਜਿਹਦੇ ਪਿੱਛੇ ਲੱਗ ਕੇ ਬੋਲਦਾ ਨਾ, ਮੈਂ ਦੇਖ ਲੂੰਗੀ ਤੈਨੂੰ ਕਿੰਨੇ ਕੁ ਰੋਟੀਆਂ ਖਵਾਉਂਦੀ ਹੈਗੀ। ਤੂੰ ਇਹਦੇ ਮੂੰਹ ਹੀ ਨਾ ਲੱਗ, ਚੱਲ ਅੰਦਰ। ਉਹ ਲਿਆ ਹੁਣ ਪਾਣੀ। ਆ ਗਈ ਆ ਗਈ ਆ ਗਈ ਆ ਗਈ, ਉੱਥੇ ਖੜੀ ਰਹਿੰਦੀ ਹੈ ਸਾਰਾ ਦਿਨ ਰਸੋਈ 'ਚ। ਹੈਲੋ, ਪਾਣੀ ਬਣਾਉਣ ਨੂੰ ਕਿਹਾ ਸੀਗਾ, ਅੱਧਾ ਘੰਟਾ ਹੋ ਗਿਆ ਇੱਥੇ ਖੜੀ ਨੂੰ। ਖਿਜੇਗਾ ਤੋਂ ਫਿਰਦੇ ਹੋ? ਖਿਜੇਗਾ ਤੋਂ ਫਿਰਦੇ ਹਾਂ। ਮਿੱਠਾ ਘੱਟ ਗਾਲ ਲਾਉਂਦੀ ਹੈ ਚ? ਮੈਂ ਤਾਂ ਹਜੇ ਮਾਮੂਲੀ ਜਿਹਾ ਹੀ ਪਾਇਆ ਮਿੱਠਾ। ਪਤਾ ਨਹੀਂ ਸਾਲਾ ਸਾਰੇ ਟੱਬਰ ਨੂੰ ਕੀ ਹੋ ਰਿਹਾ। ਮੈਂ ਕੀ ਕਿਹਾ ਤੁਹਾਨੂੰ ਅੱਜ? ਪਰ ਤੈਨੂੰ ਵਿੱਚ ਬੋਲਣ ਦੀ ਕੀ ਲੋੜ ਸੀਗੀ? ਅੱਛਾ, ਉਹ ਗੱਲ ਤੂੰ ਮੂੰਹ ਬਣਾਈ ਬੈਠੇ ਹੋ ਮੇਰੇ ਨਾਲ? ਮੇਰੇ ਘਰ ਦਾ ਮਸਲਾ ਹੈ, ਕਰ ਲੂੰਗਾ ਮੈਂ ਹੱਲ। ਮੇਰਾ ਘਰ ਕਿੱਥੇ ਹੈ ਫਿਰ? ਫਿਰ ਤੂੰ ਕਿਉਂ ਬੋਲਦੀ ਆ ਵਿੱਚ? ਸੁੱਖ ਫਿਰ ਸੌ ਸੌ ਸੁਣੀਆਂ ਫਿਰ ਚੰਗੀਆਂ ਗੱਲਾਂ ਦੀਆਂ? ਬੇਬੇ ਵੀ ਕਹੀ ਕਹੀ ਜਾਂਦੇ ਤੇਰਾ ਘਰ ਨਹੀਂ ਹੈਗਾ, ਹਰਮਨ ਬੋਲੀ ਜਾਂਦੀ ਤੇਰਾ ਘਰ ਨਹੀਂ ਹੈਗਾ, ਹੁਣ ਤੁਸੀਂ ਬੋਲਤਾ ਤੇਰਾ ਘਰ ਨਹੀਂ ਹੈਗਾ, ਮੇਰਾ ਘਰ ਕਿੱਥੇ ਆ? ਜਿੱਥੇ ਤੇਰੀ ਬੋਲਣ ਦੀ ਲੋੜ ਹੁੰਦੀ ਹੈ ਨਾ ਉੱਥੇ ਬੋਲਿਆ ਕਰ, ਸਮਝ ਗਈ? ਫਾਲਤੂ ਨਾ ਬੋਲਿਆ ਕਰ, ਮੇਰੇ ਘਰ ਦੇ ਮਸਲਿਆਂ 'ਚ ਦਖਲ ਅੰਦਾਜ਼ੀ ਕਰਨ ਦੀ ਲੋੜ ਨਹੀਂ ਹੈਗੀ। ਫਿਰ ਬਾਅਦ 'ਚ ਘਰੀ ਚੱਲ ਜਾਂਦੀ ਹਾਂ। ਸੁੱਖ ਚੱਲ ਜਾਣੀ ਹੈ ਤੂੰ ਘਰੇ, ਬੋਲਣ ਲੱਗੇ ਨਾ ਦੇਖਿਆ ਕਰ ਵੀ ਕਿੱਥੇ ਬੋਲਣਾ ਕਿੱਥੇ ਨਹੀਂ ਬੋਲਣਾ। ਤੁਸੀਂ ਕੀ ਮੇਰਾ ਘਰ ਲਾਈ ਆ? 20 ਵਾਰ ਕਿਹਾ ਵੀ ਨਾ ਬੋਲਿਆ ਕਰ ਵਿੱਚ, ਨਾ ਬੋਲਿਆ ਕਰ ਜਦੋਂ ਅਸੀਂ ਗੱਲ ਕਰਦੇ ਹਾਂ। ਇਸ ਤੋਂ ਬਾਅਦ ਤੁਸੀਂ ਵੀ ਮੈਨੂੰ ਕਦੇ ਨਾ ਬੁਲਾਇਓ। ਆਹੋ, ਇਹੀ ਕਸਰ ਰਹਿੰਦੀ ਹੈ, ਇਹ ਕੱਢ ਲੈ ਜਲੂਸ ਹੁਣ। ਜੇ ਮੇਰੇ ਪਿਓ ਨੂੰ ਪਤਾ ਲੱਗ ਗਿਆ ਨਾ, ਫਿਰ ਦੇਖਿਓ। ਪਿਓ ਨੂੰ ਇਹ ਵੀ ਦੱਸੀ ਵੀ ਮੈਂ ਘਰ ਦੇ ਮਸਲਿਆਂ 'ਚ ਬੋਲਦੀ ਹਾਂ, ਜਿੱਥੇ ਦੋ ਸਿਆਣੇ ਗੱਲਾਂ ਕਰਦੇ ਹੁੰਦੇ ਨੇ ਉੱਥੇ ਬੋਲਦੀਆਂ ਜਾਣ ਜਾਣ ਕੇ। ਤੁਹਾਡੀ ਭੈਣ ਸਿਆਣੀ ਹੋਊਗੀ ਸੁੱਖ, ਮੈਂ ਪਾਗਲ ਹੋਊਗੀ। ਮਾੜਾ ਮੋਟਾ ਵੀ ਦੇਖਦੀ ਹੈ ਕਿ ਬੋਲਣ ਲੱਗਿਆ ਵੀ ਕੀ ਬੋਲਣਾ ਕੀ ਨਾ ਬੋਲਣਾ, ਕਿੱਥੇ ਬੋਲਣਾ ਕਿੱਥੇ ਨਹੀਂ ਬੋਲਣਾ। ਹਰਮਨ ਹਰਮਨ ਨੂੰ ਵੀ ਕਿਹਾ ਕਰੋ ਤੁਹਾਡੀ ਭੈਣ ਆ ਉਹ ਵੀ ਆਪਣੀ ਭਰਜਾਈ ਨੂੰ ਇਦਾਂ ਬੋਲੀਦਾ ਹੁੰਦਾ। ਉਹਦੇ ਥੱਪੜ ਤੇਰੀ ਵਜ੍ਹਾ ਕਰਕੇ ਵੱਜਿਆ, ਸੁਣ ਗਿਆ? ਜੇ ਤੇਰੀ ਗੱਲ ਸੁਣੀ ਸੀ ਤਾਂ ਉਹਦੇ ਥੱਪੜ ਮਾਰਨ ਦੀ ਨੌਬਤ ਆ ਗਈ ਅੱਜ। ਮਤਲਬ ਗਲਤੀ ਨਹੀਂ ਸੀਗੀ ਉਹਦੀ ਕੋਈ, ਸੁੱਖ ਹੱਥ ਬੰਨਦੀ ਆ, ਬੇਨ ਮਾਂ ਦੀ ਧੀ ਆ ਮੈਂ, ਇਦਾਂ ਜ਼ੁਲਮ ਨਾ ਕਮਾਇਆ ਕਰੋ। ਮੈਨੂੰ ਨਾ ਹੁਣ ਡਰਾਮੇ ਜੇ ਕਰਕੇ ਨਾ ਦਿਖਾ, ਸੁਣ ਗਿਆ? ਬੇਬੇ, ਵੀਰਾ ਨਾ ਭਾਬੀ ਨੂੰ ਝਟਕਾ ਦੇਣ ਲੱਗ ਰਿਹਾ ਹੈਗਾ। ਅੱਛਾ, ਮੇਰੇ ਤੇ ਦੂਸ਼ਣ ਲਾਉਂਦੀ ਸੀਗੀ, ਵੀਰੇ ਤੋਂ ਮੇਰੇ ਥੱਪੜ ਵੀ ਮਰਵਾਇਆ ਇਹਨੇ। ਕੋਈ ਨਹੀਂ, ਵਧੀਆ ਹੋਇਆ। ਨਹੀਂ ਵਧੀਆ ਤਾਂ ਉਦੇ ਹੋਊ ਜਿੱਦਣ ਦੇ ਬਰਾਬਰ ਮੂੰਹ 'ਤੇ ਥੱਪੜ ਵੱਜਿਆ, ਮੇਰਾ ਤਾਂ ਸੀਨਾ ਉਦੇ ਠਰੂਗਾ। ਆ ਮੇਰੀ ਫੁੱਲ ਵਰਗੀ ਬੱਚੀ 'ਤੇ ਹੱਥ ਚੱਕਿਆ ਉਹਨੇ, ਜਿੰਨੇ ਚਿਰ ਉਹਦੇ ਦੋ ਨਹੀਂ ਵੱਜਦੇ ਨਾ ਮੇਰੇ ਚਿੱਤ ਨੂੰ ਸ਼ਾਂਤੀ ਨਹੀਂ ਆਉਂਦੀ ਉਨ੍ਹਾਂ ਚਿਰ। ਸ਼ਾਂਤੀ ਤਾਂ ਮੈਨੂੰ ਵੀ ਨਹੀਂ ਆਉਂਦੀ ਬੇਬੇ, ਤੂੰ ਦੇਖੀ ਤਾਂ ਜਾਈ
ਜੇ ਇੱਕ ਥੱਪੜ ਦਾ ਜਵਾਬ ਦੋ ਥੱਪੜਾਂ ਤੋਂ ਨਾ ਦਵਾਇਆ ਨਾ ਤਾਂ ਮੇਰਾ ਨਾਂ ਵੀ ਹਰਮਨ ਨਹੀਂ। ਸ਼ਾਬਾਸ਼ ਪੁੱਤ, ਇੱਥੋਂ ਪਤਾ ਲੱਗਦਾ ਕਿ ਤੂੰ ਮੇਰੀ ਉਹਦੀ ਹੈ। ਨਾਲ ਬੇਬੇ ਪਤਾ ਵੀਰੇ ਨੂੰ ਕੀ ਕਹਿੰਦੀ? ਕਹਿੰਦੀ ਆਪਦੇ ਪਿਓ ਨੂੰ ਬੁਲਾਉਂਗੀ। ਵੀਰਾ ਕਹਿੰਦਾ ਬੁਲਾ ਲੈ, ਦੇਖੀ ਕਹਿੰਦਾ ਜੇ ਤੇਰਾ ਪਿਓ ਵੜ ਗਿਆ ਫਿਰ ਤੂੰ ਵੀ ਨਿਕਲੀ ਬਾਹਰ ਘਰੋਂ। ਅੱਛਾ, ਫਿਰ ਤਾਂ ਇਹਨੂੰ ਚੱਕ ਚੁੱਕ ਦੇ ਕੇ ਕਹਿੰਦੀ ਵੀ ਤੇਰੇ ਪਿਓ ਨੂੰ ਬੁਲਾ ਲਾ। ਆਪਾਂ ਹੀ ਕਰ ਦਿਆਂਗੇ, ਤੂੰ ਮੇਰੀ ਗੱਲ ਸੁਣ, ਤੈਨੂੰ ਸਕੀਮ ਦਿੰਦੀ ਇੱਕ। ਚੱਲ ਚੰਗਾ, ਹੁਣ ਇੱਥੇ ਖੇਖਣ ਜੇ ਨਾ ਕਰੀ ਜਾ, ਰੋਟੀ ਪਾਣੀ ਬਣਾ ਲਈ। ਨਾਲੇ ਮੈਂ ਵੀ ਦੇਖਦੀ ਹਾਂ, ਘਰੇ ਜਾ ਕੇ ਆਉਂਗੀ। ਬਾਪੂ ਵੈਸੇ ਵੀ ਠੀਕ ਨਹੀਂ ਹੈਗਾ। ਹੁਣ ਤਾਂ ਚੰਗਾ ਭਲਾ ਦੀ ਬਾਪੂ? ਬਸ ਮੈਨੂੰ ਫੋਨ ਆਇਆ ਹੁਣੀ। ਫੋਨ ਆਇਆ ਤੈਨੂੰ? ਰਹਿਣ ਦੇ, ਇਹੋ ਜਿਹੇ ਡਰਾਮੇ ਕਰਨ ਦੀ ਲੋੜ ਨਹੀਂ ਹੈਗੀ, ਸਭ ਜਾਣਦਾ ਮੈਂ। ਗਲਤੀ ਤਾਂ ਮੇਰੀ ਹੁੰਦੀ ਨਹੀਂ ਬਿਨਾਂ ਮਤਲਬ ਤੋਂ, ਕੱਢ ਦਿੰਦੇ ਹੋ। ਕਦੇ ਤਾਂ ਸੁਣ ਲਿਆ ਕਰੋ ਮੇਰੀ ਗੱਲ ਵੀ। ਸੁਣੀਆਂ ਹੋਈਆਂ ਨੇ ਤੇਰੀਆਂ ਜਿਹੜੀਆਂ ਤੂੰ ਸੁਣਾਉਣ ਫਿਰਦੀ? ਸਾਰਿਆਂ ਦੀਆਂ ਅੱਖਾਂ 'ਚ ਚੁੱਭਦੀ ਹਾਂ ਮੈਂ। ਨਾਲੇ ਮੇਰੀ ਸੁਣ ਲਾ ਗੱਲ, ਮੈਂ ਚੱਲਿਆ ਖੇਤ, ਜੇ ਘਰ ਬੇਬੇ ਹੋਰਾਂ ਨੂੰ ਪੁੱਠਾ ਸਿੱਧਾ ਜਾਂ ਬੋਲੀਆਂ ਨਾ, ਫਿਰ ਹਿਸਾਬ ਲਾ ਲਈ ਵੀ ਕੀ ਬਣਦਾ ਤੇਰਾ। ਆਹ ਕੀ ਗੱਲ ਬਣੀ? ਮੇਰੀ ਗੱਲ ਸੁਣੋ ਸੁੱਖ। ਗਰਮੀ ਨੇ ਅੱਡ ਤਪਾ ਤੇ, ਐਡੀ ਦੂਰ ਘਰ ਹੈਗਾ। ਆਹੀ ਲੱਗਦਾ ਮੈਨੂੰ, ਲੱਗਦਾ ਝੰਡੇ ਜਿਹੇ ਵਾਲਾ ਘਰ ਕਹਿੰਦੇ ਸੀ ਇਹੀ ਹੋ। ਦੂਵੇਂ ਮਰ ਜਾ, ਬਾਰ ਵੜਦੇ ਨੂੰ ਏਡੀ ਰੂੜੀ ਖਾਨਾ ਲਾ ਰੱਖਿਆ ਗਾ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਠੀਕ ਹੋ? ਮੈਂ ਤਾਂ ਠੀਕ ਹਾਂ, ਪਰ ਮੈਂ ਤੁਹਾਨੂੰ ਪਛਾਣਿਆ ਨਹੀਂ। ਮੈਂ ਜੀਤਾਂ ਦੀ ਭੂਆ ਭੈਣੇ, ਪਛਾਣੇ ਕਿੱਥੋਂ? ਵਿਆਹ 'ਚ ਤੈਨੂੰ ਪਤਾ ਇੰਨੇ ਨਹੀਂ ਪਤਾ ਲੱਗਦਾ, ਕੱਠ ਵੱਠ 'ਚ। ਅੱਛਾ ਭੂਆ ਜੀ, ਲੈ ਆ ਗਈ ਮੇਰੀ ਧੀ। ਹੋਰ ਠੀਕ ਹੈ ਮਿੱਤਰ? ਹਾਂਜੀ, ਬਹਿ ਜਾਓ। ਮੈਨੂੰ ਤਾਂ ਘਰ ਦੀ ਵੀ ਪਛਾਣ ਨਹੀਂ ਆਈ ਹੈਗੀ, ਪੁੱਛ ਪੁੱਛ ਕੇ ਆਈਆਂ ਨਾ। ਅੱਛਾ, ਹੋਰ ਆਏ ਆ ਭੈਣ ਜੀ? ਮੇਰੇ ਨਹੀਂ ਧਿਆਨ 'ਚ, ਜਦੋਂ ਤੁਸੀਂ ਕਦੇ ਮਿਲਿਓ ਮੈਨੂੰ ਤੇ ਤੁਹਾਡੇ ਕਿਵੇਂ ਧਿਆਨ 'ਚ ਹੋਊ? ਅੱਜ ਭੂਆ ਸਾਡੇ ਘਰ ਕਿਉਂ ਆ ਗਈ? ਕੋਈ ਨਾ ਕੋਈ ਡਰਾਮਾ ਇੱਥੇ ਖੇਡ ਕੇ ਜਾਊਗੀ। ਮੈਨੂੰ ਲੱਗਦਾ ਮੇਰਾ ਪਹਿਲੀਆਂ 'ਚ ਦਿਲ ਘਬਰਾਉਂਦਾ ਸੀ ਕਿ ਕੋਈ ਨਾ ਕੋਈ ਤਾਂ ਹੋਣੇ ਵਾਲਾ ਕੁਛ। ਹੇ ਵਾਹਿਗੁਰੂ, ਸੁੱਖ ਰੱਖੀ। ਆਏ ਹੈ ਭੈਣ ਜੀ, ਪਤਾ ਨਹੀਂ ਮਿਲੇ ਸੀ, ਪਤਾ ਨਹੀਂ ਨਾ, ਮੇਰੇ ਤਾਂ ਧਿਆਨ 'ਚ ਹੀ ਨਹੀਂ ਹੈਗਾ, ਨਪੋਤੇ ਦਾ ਚੇਤਾ ਹੀ ਮਚਣਾ ਭੁੱਲਣਾ ਹੋ ਰਿਹਾ ਹੈ। ਭੂਆ ਪਾਣੀ ਲਿਆ ਪੁੱਤ। ਭੈਣੇ ਮਿਲੇ ਤਾਂ ਆਪਾਂ ਹੈਗੇ ਸੀ, ਤੂੰ ਹੀ ਭੁੱਲ ਗਈ। ਉਦੋਂ ਕੱਠ ਵੱਠ ਵਾਲਾ ਹੁੰਦਾ ਨਾ, ਇੱਕ ਜਦੋਂ ਆਪਾਂ ਕਿਸੇ ਨੂੰ ਪਹਿਲੀ ਵਾਰ ਮਿਲਦੇ ਇੰਨੀ ਪਛਾਣ ਨਹੀਂ ਹੁੰਦੀ। ਹਾਂ, ਇਹ ਵੀ ਤੇਰੀ ਗੱਲ ਸੱਚੀ ਹੈ। ਚਲੋ ਮਿਲੀਆਂ ਤਾਂ ਸਹੀ, ਜਾਣ ਪਛਾਣ ਤਾਂ ਹੋਈ, ਚੱਲ ਹੁਣ ਹੋ ਗਈ ਮੰਨ ਲਓ। ਪਾਣੀ ਪੀਓ ਤੁਸੀਂ, ਮੈਂ ਚਾਹ ਬਣਾ ਲਾ। ਹਨਾ, ਚਾਹ ਤਾਂ ਮੈਂ ਬਣਾਉਣੀ ਆ, ਤੂੰ ਬਹਿ ਜਾ ਤੇਰੀ ਭੂਆ ਨਾਲ ਗੱਲਾਂ ਕਰ। ਮੈਂ ਤਾਂ ਆਪ ਡੀਕਦੀ ਸੀ,
ਵੀ ਮਾਂ ਨਹੀਂ ਹੈਗੀ, ਜੇ ਤਾਂ ਭੂਆ ਹੀ ਆਵੇ, ਭੂਆ ਵੀ ਮਾਵਾਂ ਬਰਾਬਰੀ ਹੁੰਦੀ ਹੈਗੀ, ਇਕੱਲਾ ਦੇਖੇ ਤਾਂ ਪਿਓ ਹੈ ਭੈਣੇ ਆ ਜਾਂਦਾ, ਉਹਦੇ ਨਾਲ ਮੈਂ ਕੀ ਗੱਲਬਾਤ ਕਰਾਂ, ਹੈ ਨਾ, ਬਹਿ ਕੇ ਇਹਦੇ ਪਿਓ ਕੋਲ ਅਤੇ ਮੁੰਡੇ ਕੋਲ ਬਹਿ ਕੇ ਮੁੜ ਜਾਂਦਾ। ਹੁਣ ਆਪਾਂ ਤਾਂ ਬੁੜੀਆਂ ਸੌ ਗੱਲ ਕਰਦੇ ਹਾਂ ਦੁੱਖ ਸੁੱਖ ਦੀ। ਬਹਿ ਜਾ ਤੂੰ, ਮੈਂ ਲਿਆਉਂਗੀ ਚਾਹ ਬਣਾ ਕੇ ਆਪੇ। ਲੈ ਤੁਸੀਂ ਮਾਰੋ ਭੂਆ ਭਤੀਜੀ ਗੱਲਾਂ, ਮੈਂ ਚਾਹ ਕਰਕੇ ਲਿਆਉਂਦੀ ਹਾਂ। ਹਾਂ, ਤੁਸੀਂ ਤਾਂ ਬਾਪੂ ਨਾਲ ਵੀ ਨਹੀਂ ਬੋਲਦੇ ਚੱਲਦੇ, ਫਿਰ ਇੱਥੇ ਕਿਵੇਂ? ਬਾਪੂ ਨਾਲ ਤਾਂ ਪੁੱਤ ਮੈਂ ਹੁਣ ਵੀ ਨਹੀਂ ਬੋਲਦੀ, ਐਂ ਤੇਰੀ ਭੂਆ ਅਣਖ ਵਾਲੀ ਹੈਗੀ। ਇੱਥੇ ਆਈ ਹਾਂ ਮੈਂ ਆਪਦੇ ਗਾਉਂ ਨੂੰ। ਜਿਹੜੀ ਗੱਲ ਤੁਸੀਂ ਮੇਰੇ ਨਾਲ ਫੋਨ 'ਤੇ ਕੀਤੀ ਸੀ। ਹਾਂ, ਹੁਣ ਤੂੰ ਆਪ ਹੀ ਸਿਆਣੀ ਹੈ, ਦੇਖ ਜਿੰਨਾ ਤੇਰਾ ਉਸ ਘਰ 'ਚ ਹਿੱਸਾ ਓਨਾ ਹੀ ਭਾਈ ਬਰਾਬਰ ਦਾ ਮੇਰਾ ਹੈਗਾ। ਹੁਣ ਮੈਨੂੰ ਪੈਸਿਆਂ ਦੀ ਲੋੜ ਹੈ, ਮੈਂ ਤਾਂ ਆਪਦੇ ਪੁੱਤ ਨੂੰ ਬਾਹਰ ਤੋਰਨਾ ਹੈਗਾ। ਤੇਰੇ ਪਿਓ ਕੋਲ ਪੈਸੇ ਬਥੇਰੇ ਹੈ, ਉਹਨੂੰ ਤੂੰ ਕਹਿ ਦੇ ਵੀ ਭਾਈ ਭੂਆ ਨੂੰ ਇੰਨੇ ਪੈਸੇ ਚਾਹੀਦੇ, ਮੈਨੂੰ ਤਾਂ 35 ਲੱਖ ਰੁਪਈਆ ਚਾਹੀਦਾ। ਨਹੀਂ ਭਾਈ ਐਵੇਂ ਫਿਰ ਮੈਂ ਕੋਈ ਕੇਸ ਕਰਕੇ ਲੈਣੂ ਪੈਸੇ ਤਾਂ। 35 ਲੱਖ? ਦੀ ਮਰੀ ਆਈ ਹੈ ਇਹ ਉਰੇ? ਚੱਲ ਆ ਤਾਂ ਵਧੀਆ ਹੀ ਹੋਇਆ ਕੰਮ। ਉਹ ਸਿਆਣੇ ਕਹਿੰਦੇ ਨੇ ਜੇ ਪਹਿਲੀ ਫੁੱਟੂ ਤਾਂ ਬੁਰਾ ਮਿਲੂ, ਆਪਣਾ ਵੀ ਤਾਂ ਮੂੰਹ ਮਿੱਠਾ ਹੋਈ ਜਾਣਾ ਨਾਲ। ਭੂਆ ਜੀ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਨਾਲੇ ਆ ਜਗ੍ਹਾ ਕੋਈ ਆ ਗੱਲਾਂ ਕਰਨ ਦੀ ਆ? ਅਤੇ ਦੂਸਰੀ ਗੱਲ, ਤੁਸੀਂ ਟੈਨਸ਼ਨ ਕਾਹਨੂੰ ਲੈਂਦੇ ਹੋ, ਸਾਰਾ ਕੁਛ ਹੀ ਤੁਹਾਡਾ। ਨਾਲੇ ਭੂਆ ਜੀ ਤੁਸੀਂ ਇੱਥੇ ਨਾ ਗੱਲ ਕਰੋ ਇਹ ਜੀ। ਦੂਜੀ ਗੱਲ, ਤੁਸੀਂ ਆ ਉਮਰੇ ਤੁਸੀਂ ਕੇਸਾਂ ਵਾਲੀਆਂ ਗੱਲਾਂ ਕਰਦੇ ਹੋ, ਨਾਲੇ ਆਪਦੇ ਆਪ ਨੂੰ ਲਾਜ ਲਾਓਗੇ, ਨਾਲੇ ਮੇਰੇ ਪਿਓ ਨੂੰ ਕੌਣ ਭੁਗਤੂਗਾ ਇਹਨਾਂ ਚੀਜ਼ਾਂ ਨੂੰ? ਲੈ ਦੱਸ, ਹੁਣ ਜਿਹੜਾ ਮੇਰਾ ਹੱਕ ਬਣਦਾ ਉਹ ਤਾਂ ਮੈਂ ਮੰਗਣਾ ਹੀ ਹੈ, ਨਾਲੇ ਤੇਰਾ ਵੀ ਬਰਾਬਰ ਦਾ ਬਣਦਾ ਹੱਕ ਤਾਂ। ਇਹ ਤਾਂ ਗੱਲ ਤੁਹਾਡੀ ਸੱਚੀ ਹੈ ਭੈਣ ਜੀ, ਸਿਆਣੇ ਕਹਿੰਦੇ ਨੇ 100 ਹੱਥ ਰੱਸਾ ਸਿਰੇ 'ਤੇ ਗੰਢ, ਹੱਕ ਤਾਂ ਬਰਾਬਰ ਹੀ ਹੁੰਦਾ ਕੁੜੀਆਂ ਦਾ ਵੀ ਮੁੰਡਿਆਂ ਦਾ ਵੀ। ਮੇਰੀ ਭੈਣ ਹੈ ਇੰਗਲੈਂਡ 'ਚ, ਉਹਦੇ ਸਹੁਰੇ ਨੇ 2 ਮੁੰਡੇ 1 ਕੁੜੀ, ਤਿੰਨਾਂ ਦੇ ਬਰਾਬਰ ਦੇ ਹਿੱਸੇ ਪਾਏ, ਕੁੜੀਆਂ ਵੀ ਬਰਾਬਰੀ ਹੁੰਦੀਆਂ। ਫਿਰ ਉਹੀ ਤਾਂ ਇਹਨੂੰ ਮੈਂ ਸਮਝਾਉਣੀ ਆ, ਚੱਲ ਜੇ ਮੁੰਡਾ ਹੁੰਦਾ ਤਾਂ ਭਾਈ ਗੱਲ ਹੋਰ ਸੀ, ਫਿਰ ਤਾਂ ਅਸੀਂ ਸੋਹਣੀਆਂ ਵੀ ਨਹੀਂ ਸੀ ਲੱਗਦੀਆਂ, ਜ਼ਮੀਨ ਲਿਆਉਂਦੀਆਂ। ਹੁਣ ਤਾਂ ਹੱਕ ਬਣਦਾ, ਨਾਲੇ ਇਹਦਾ ਬਣਦਾ, ਨਾਲੇ ਮੇਰਾ ਬਣਦਾ ਹੈਗਾ। ਆਈ ਹੈ ਭੈਣੇ, ਮੇਰੀ ਗੱਲ ਸੁਣ, ਚੱਲ ਇਹ ਤਾਂ ਹੈ ਕੁੜੀ ਕੁੜੀ ਹੈ, ਤੂੰ ਵੀ ਉਸ ਘਰ ਦਿੱਤੀ ਹੈ, ਜੇ ਮੁੰਡਾ ਹੁੰਦਾ ਤਾਂ ਵੀ ਬਰਾਬਰ ਦੇ ਹੱਕ ਨੇ, ਤੈਨੂੰ ਦੱਸ ਕੇ ਤਾਂ ਹੱਡੀਆਂ। ਉਹ ਤਾਂ ਤੇਰੀ ਗੱਲ ਠੀਕ ਹੈ ਭੈਣ ਜੀ, ਪਰ ਹੁਣ ਇਹ ਲੈ ਦੇਖ ਲਾ, ਇਹ ਤਾਂ ਮੈਨੂੰ ਕਹਿੰਦੀ ਕਿ ਕਿਹੜੀਆਂ ਗੱਲਾਂ ਕਰਦੀ ਹੈ ਤੂੰ। ਲੈ ਦੱਸ, ਹੋਰ ਵੀ ਤਾਂ ਫਿਰ ਲੋਕਾਂ ਨੂੰ ਵੀ ਤਾਂ ਵੰਡਣੀ ਹੈ ਉਹ, ਕਿੱਥੇ ਤੁਸੀਂ ਭੂਆ ਭਤੀਜੀ ਆਪਦਾ। ਨਾਲੇ ਭੈਣੇ ਮੇਰੀ ਗੱਲ ਸੁਣ, ਹੁਣ ਮੈਨੂੰ ਪੈਸਿਆਂ ਦੀ ਲੋੜ ਸੀ, ਠੀਕ ਹੈ, ਹੁਣ ਮੇਰੇ ਪੁੱਤ ਨੂੰ ਬਾਹਰ ਤੋਰਨਾ, ਮੈਂ ਭਾਈ ਹੁਣ 35 ਲੱਖ ਚਾਹੀਦਾ ਹੈਗਾ, ਮੈਂ ਕਿੱਥੋਂ 35 ਲੱਖ ਕਰਾਂ? ਨਾ ਭਾਈ ਹੱਕ ਬਣਦਾ, ਹੁਣ ਜਿੱਥੇ ਮੇਰਾ ਹੱਕ ਬਣਦਾ ਫਿਰ ਉੱਥੋਂ ਭਾਈ ਅਗਲਾ ਮੁੰਡਾ ਵੀ ਮੈਨੂੰ ਕਹਿੰਦਾ ਵੀ ਭਾਈ ਲਿਆ ਕੇ ਦੇ, ਹੁਣ ਮੈਂ ਮੁੰਡੇ ਨੂੰ ਵੀ ਨਹੀਂ ਜਵਾਬ ਦੇ ਸਕਦੀ। ਨਹੀਂ ਭੈਣ ਜੀ, ਨਹੀਂ ਦੇ ਸਕਦੇ। ਹਾਂ, ਉਹੀ ਗੱਲ, ਆਪਾਂ ਨੇ ਤਾਂ ਟੁਕੜਾ ਖਾਣਾ ਹੈਗਾ। ਉਹੀ ਤਾਂ ਹੈ, ਚੱਲ ਉਹਦੀ ਜਵਾਕ ਦੀ ਜ਼ਿੰਦਗੀ ਬਣ ਜੂਗੀ। ਇਹੋ ਜਿਹੀ ਗੱਲਾਂ ਕਰਦੇ ਬੇਬੇ, ਇਹ ਸਾਡੇ ਘਰ ਦਾ ਮਸਲਾ, ਨਾਲੇ ਭੂਆ ਅਤੇ ਬਾਪੂ ਦੇ ਆਪਸ ਦਾ ਮਸਲਾ, ਇੱਕ ਜਿਵੇਂ ਮਰਜ਼ੀ ਗੱਲ ਕਰਨ, ਨਾਲੇ ਮੇਰਾ ਹਜੇ ਪਿਓ ਬੈਠਾ, ਉਹ ਜ਼ਮੀਨ ਭਾਵੇਂ ਸੁੱਖ ਨੂੰ ਦੇਣ ਭਾਵੇਂ ਭੂਆ ਨੂੰ, ਇਹਨਾਂ ਦੀ ਆਪਸ ਹੀ ਗੱਲ ਆ, ਤੁਸੀਂ ਕਿਉਂ ਬੋਲਦੇ ਹੋ? ਆਹ ਦੇਖ ਲੈ ਭੈਣ ਜੀ, ਜੇ ਮੈਂ ਬੋਲਦੀ ਹਾਂ ਤਾਂ ਮਾੜੀ ਹੋ ਗਈ, ਹੁਣ ਆਪਦੇ ਮੂੰਹ ਨਾਲ ਕਹਿ ਰਹੀ ਹੈ ਦੇਖ, ਵੀ ਮੇਰਾ ਪਿਓ ਚਾਹੇ ਭੂਆ ਨੂੰ ਜ਼ਮੀਨ ਦੇਵੇ ਚਾਹੇ ਸੁੱਖ ਨੂੰ ਦੇਵੇ,
ਕਿਉਂ ਇਹਦਾ ਪਿਓ ਬਾਂਦਰਾਂ ਵਿਚਾਲੇ ਭੇਲੀ ਸਿੱਟਦਾ, ਅੱਧੋ ਅੱਧ ਵੰਡਦੇ ਦੋ। ਇਹੀ ਤਾਂ ਹੈ, ਨਾਲੇ ਸਾਨੂੰ ਐਵੇਂ ਇੱਕ ਦੂਜੇ ਦੇ ਦੁਸ਼ਮਣ ਬਣਾਊ। ਨਹੀਂ, ਅਸੀਂ ਮਾਵਾਂ ਧੀਆਂ ਵਾਂਗੂ ਵਰਤੀਏ। ਜਿਹੜਾ ਹੱਕ ਇਹਦਾ ਬਣਦਾ ਭਾਈ ਇਹਨੂੰ ਦੇ ਦੇ, ਜਿਹੜਾ ਹੱਕ ਮੇਰਾ ਬਣਦਾ ਆਪਾਂ ਤਾਂ ਦੇਖ ਆਪਦਾ ਹੱਕ ਮੰਗਦੇ ਹਾਂ। ਕਿਸੇ ਦਾ ਹੱਕ ਆਪਾਂ ਖਾ ਕੇ ਰਾਜੀ ਵੀ ਨਹੀਂ, ਰੱਬ ਨੂੰ ਜਾਣ ਦੇਣੀ ਹੈ। ਉਹੀ ਗੱਲ ਹੈ, ਚੱਲ ਹੋ ਸਕਦਾ ਭੈਣ ਜੀ ਐਂ ਕਹਿਦੇ ਤੇਰੇ ਵਰਗੀ ਵੀ, ਚੱਲ ਭਾਈ ਉੱਧਰ ਥੋੜੀ ਕਹਿਣੀ ਵੱਧ ਦੇ ਦੇ ਮੇਰੇ ਨਾਲ ਵਰਤਿਓ। ਹਾਂ ਚੱਲ, ਉਹ ਤਾਂ ਰਾਹ ਲੱਗਦੀ ਗੱਲ ਹੈ, ਉਹ ਤਾਂ ਉਹ ਹੈਗਾ। ਨਾਲੇ ਹੁਣ ਮੇਰੀ ਗੱਲ ਸੁਣ ਭੈਣੇ, ਨਹੀਂ ਤਾਂ ਅੱਧਾ ਉਹ ਜ਼ਮੀਨ ਦਾ ਮੈਨੂੰ, ਠੀਕ ਹੈ? 5 ਕਿੱਲੇ ਇਹਨੂੰ ਆਉਣਗੇ, 5 ਮੈਨੂੰ। ਮੈਂ ਤਾਂ ਹਜੇ 5 ਵੀ ਨਹੀਂ ਮੰਗਦੀ, ਮੈਂ ਤਾਂ 35 ਲੱਖ ਹੀ ਮੰਗਿਆ। 1 ਕਿੱਲਾ ਦੇਖ ਲਾ, ਹੁਣ ਤਾਂ 40-45 ਲੱਖ ਨੂੰ ਹੋਇਆ ਪਿਆ ਗਾ। ਉਹੀ ਤਾਂ ਮੈਂ, ਸਾਡੀ ਤਾਂ ਉੱਥੇ ਜ਼ਮੀਨ ਵੀ ਬਾਹਲੀ ਮਹਿੰਗੀ ਹੈ, ਬਾਹਲੀ ਤਕੜੀ ਜ਼ਮੀਨ ਹੈ। ਦੇਖ ਤੈਨੂੰ ਤਾਂ 1 ਕਿੱਲੇ ਦਾ ਮੁੱਲ ਮੰਗਿਆ ਤੈਂ ਤਾਂ, ਵੀ ਮੈਂ ਵੀ ਆਹੀ ਕਹਿੰਦੀ ਹਾਂ ਵੀ ਚੱਲ ਨਾ, ਇਹ ਤਾਂ ਤੇਰਾ ਕੰਮ ਸਾਰੇ, ਬਾਕੀ ਭਾਈ ਇਹਨਾਂ ਨੂੰ ਦੇਵੇ। ਇਹ ਉਹਦੇ ਤੇਰੇ ਨਾਲ ਵਰਤਣ, ਤੇਰੇ ਪੇਕੇ ਬਣ ਕੇ ਤੇਰੀ ਭਤੀਜੀ ਵਰਤ। ਬੇਬੇ ਇੱਕ ਮਿੰਟ, ਭੂਆ ਤੈਨੂੰ ਵੀ ਪਤਾ ਹਜੇ ਬਾਪੂ ਬਿਮਾਰ ਆ, ਤੇ ਹਜੇ ਅਸੀਂ ਵੰਡ ਵਡਾਈ ਹਜੇ ਇਸ ਟਾਈਮ ਤੇ ਕਰਾਂਗੇ। ਤੈਨੂੰ ਵੀ ਪਤਾ ਸ਼ੂਗਰ ਆ ਬਾਪੂ ਨੂੰ, ਤੇ ਫਿਰ ਮੈਨੂੰ ਤਾਂ ਪੈਸਿਆਂ ਦੀ ਹੁਣ ਲੋੜ ਹੈ। ਆਪਣੇ ਘਰੇ ਕੁਛ ਹੁੰਦਾ ਨੀ ਦਵਾਈ ਤੇ ਕਿੰਨਾ ਕ ਮਹੀਨੇ ਦਾ, 5 ਹਜ਼ਾਰ ਲੱਗ ਜਾਂਦਾ ਹੋਊ, 7 ਹਜ਼ਾਰ ਲੱਗ ਜਾਂਦਾ ਹੋਊ। ਪਤਾ ਠੇਕਾ ਕਿੰਨਾ ਆਉਂਦਾ ਸਾਲ ਦਾ? ਵੇਚਣ ਤੇ ਵੀ ਤਾਂ ਟਾਈਮ ਲੱਗੂਗਾ ਨਾ, ਇੰਨੀ ਛੇਤੀ 35 ਲੱਖ ਰੁਪਇਆ ਕਿਵੇਂ ਹੋ ਜਾਊਗਾ? ਜੇ ਹੁਣ ਤੋਂ ਗੱਲ ਤੋਰਾਂਗੇ ਤਾਂ 10-20 ਦਿਨ 'ਚ ਜਾ ਕੇ ਸਿਰੇ ਲੱਗੂ, ਜੇ ਆਪਾਂ ਗੱਲ ਹੀ ਨਹੀਂ ਤੋਰਾਂਗੇ ਫਿਰ ਤਾਂ ਸਾਲਾਂ ਦੇ ਸਾਲ ਨਿਕਲ ਜਾਣਗੇ। ਲੈ ਤੂੰ ਮੇਰੀ ਗੱਲ ਸੁਣ ਭੈਣੇ, ਜ਼ਮੀਨ ਵੇਚਣ ਵੇਲੇ ਕੀ ਪੱਤਰੀ ਖਲੋਣੀ ਹੈਗੀ? ਉਹ ਤਾਂ ਉਹ ਸਿਆਣਿਆਂ ਦੀ ਕਹਾਵਤ ਆ ਕਿ ਚੱਟ ਮੰਗਣੀ ਪੱਟ ਬਿਆ, ਕੋਈ ਉਹਨੂੰ ਭਾਲ ਆ ਹੁੰਦੇ ਨੇ ਜਿਹੜੇ ਦਲਾਲ, ਉਹਨਾਂ ਨੂੰ ਕਹਿ ਕੇ ਮਿੰਟੋ ਮਿੰਟੀ ਸੌਦਾ ਹੋ ਜਾਂਦਾ। ਕੋਈ ਨਾ ਭੂਆ, ਤੇਰਾ ਬਣਦਾ ਹਿੱਸਾ ਅਸੀਂ ਜ਼ਰੂਰ ਦੇਵਾਂਗੇ, ਪਰ ਰੱਬ ਦਾ ਵਾਸਤਾ ਬਾਪੂ ਕੋਲ ਹਜੇ ਹੀ ਗੱਲ ਨਾ ਕਰੀ, ਉਹ ਤਾਂ ਜਾਂਦਾ ਹੀ ਮਰ ਜੂਗਾ।